ਮਨੂ ਸਾਹਿਬ ਦੱਸਿਓ ਹੁਣ ਬੇਅਦਬੀ ਕਾਂਡ ਦੇ ਮਾਮਲੇ ਦੇ ਵਿੱਚ ਸਿੱਟ ਨੇ ਪਹਿਲਾ ਚਲਾਨ ਪੇਸ਼ ਕਰ ਦਿੱਤਾ ਜੀ ਅੱਜ? ਬਿਲਕੁਲ ਜੀ, ਤਿੰਨ ਸਿੱਟ ਨੇ। ਇਹ ਵਾਰ ਵਾਰ ਯਾਦ ਕਰਾਉਣਾ ਇਸ ਕਰਕੇ ਜ਼ਰੂਰੀ ਹੁੰਦਾ ਜੀ ਕਿ ਕੋਈ ਇਹਦੇ ਕਨਫਿਊਜ਼ ਨਾ ਹੋ ਜੇ। ਜਿਹੜੀ ਇੱਕ ਸਿੱਟ ਬੇਅਦਬੀ ਜਾਂਚ ਕਰ ਰਹੀ ਹੈ, ਦੂਸਰੀ ਸਿੱਟ ਜਿਹੜੀ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ, ਤੀਜੀ ਸਿੱਟ ਜਿਹੜੀ ਹੈ ਬਹਿਬਲ ਕਲਾਂ ਦੀ ਜਾਂਚ ਜਿਹੜੀ ਉਹ ਕਰ ਰਹੀ ਹੈ। ਜਿਹੜੀ ਜਿਹਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਢੱਡਰੀਆਂ ਵਾਲਾ ਸਾਰਿਆਂ ਸੱਦਿਆ, ਉਹ ਕੋਟਕਪੂਰਾ ਗੋਲੀ ਕਾਂਡ ਹੈ। ਇਹ ਜਿਹੜਾ ਚਲਾਨ ਪੇਸ਼ ਹੋਇਆ ਜੀ, ਇਹ ਬੇਅਦਬੀ ਕਾਂਡ ਦੇ ਮਾਮਲੇ ਦੇ ਉੱਤੇ ਜਾਂਚ ਕਰ ਰਹੀ ਜਿਹੜੀ ਸਿੱਟ ਹੈ, ਇਹ ਉਹਨੇ ਚਲਾਨ ਪੇਸ਼ ਜਿਹੜਾ ਉਹ ਕੀਤਾ। ਔਰ ਇਹ ਪਹਿਲਾ ਚਲਾਨ ਹੈ ਜਿਹੜਾ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਫਰੀਦਕੋਟ ਦੇ ਚੀਫ ਜਸਟਿਸ ਜਿਹੜੇ ਨੇ ਉੱਥੋਂ ਦੇ, ਉਹਨਾਂ ਦੀ ਅਦਾਲਤ ਦੇ ਵਿੱਚ ਜਿਹੜਾ ਇਹ ਚਲਾਨ ਪੇਸ਼ ਕੀਤਾ ਗਿਆ। ਇਹਦੇ ਸੰਬੰਧੀ ਇਸ ਐਸ ਆਈ ਟੀ ਦੇ ਮੁਖੀ ਜਿਹੜੇ ਨੇ ਐਸ ਪੀ ਐਸ ਪਰਮਾਰ, ਉਹ ਇਹ ਕਹਿੰਦੇ ਆ ਕਿ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਿਲਾਰ ਕੇ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ 6 ਵਿਅਕਤੀ ਆ, ਉਹਨਾਂ ਦੇ ਖਿਲਾਫ ਚਲਾਨ ਇਹ ਪੇਸ਼ ਕੀਤਾ ਗਿਆ। ਇਹਦੀ ਸੁਣਵਾਈ 20 ਜੁਲਾਈ ਅਗਲੀ ਜਿਹੜੀ ਉਹ ਤੈਅ ਕੀਤੀ ਗਈ ਆ। 16/5/21 ਨੂੰ ਜਾਂਚ ਸ਼ੁਰੂ ਕਰਨ ਸੰਬੰਧੀ ਜਿਹੜਾ ਸੀਗਾ ਇਲਾਕਾ ਮੈਜਿਸਟਰੇਟ ਨੂੰ ਸੂਚਿਤ ਕਰਨ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ ਜੀ। ਜਿਹੜੇ ਇਹ ਜਾਂਚ ਸੀਗੀ ਜੀ, ਇਦੋਂ ਪਹਿਲਾਂ ਜਦੋਂ ਇਹ ਜਾਂਚ ਚੱਲਦੀ ਸੀਗੀ, ਉਹਦੇ ਵਿੱਚ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਸਿੱਟ ਜਾਂਚ ਕਰਦੀ ਸੀ। ਉਂਝ ਵੈਸੇ ਉਹ ਅੱਜ ਕੱਲ੍ਹ ਰਿਟਾਇਰ ਹੋ ਗਿਆ ਅਹੁਦੇ ਤੋਂ, ਪਰ ਰਿਟਾਇਰ ਹੋਣ ਤੋਂ ਪਹਿਲਾਂ ਹਾਈ ਕੋਰਟ ਨੇ ਉਹਨਾਂ ਨੂੰ ਸਿੱਟ ਦੇ ਜਿਹੜਾ ਸੀਗਾ ਮੁਖੀ ਤੋਂ ਲਾਂਭੇ ਕਰ ਦਿੱਤਾ ਸੀਗਾ। ਉਹਨਾਂ ਦੀ ਜਗ੍ਹਾ ਦੇ ਉੱਤੇ ਪਰਮਾਰ ਸਾਹਿਬ ਜਿਹੜੇ ਉਹਨਾਂ ਨੂੰ ਲਾਇਆ ਗਿਆ ਸੀਗਾ। 6 ਵਿਅਕਤੀ ਇਸ ਮਾਮਲੇ ਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਹੋਏ ਆ। ਸੁਖਜਿੰਦਰ ਸਿੰਘ ਉਰਫ ਸਨੀ, ਸ਼ਕਤੀ ਸਿੰਘ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਤੇ ਪ੍ਰਦੀਪ ਸਿੰਘ ਜਿਹੜੇ ਦੀ ਉਹ ਇਹਦੇ ਵਿੱਚ ਜਿਹੜੇ ਅਰੈਸਟ ਹੋਏ ਹੋਏ ਨੇ ਉਹ ਸ਼ਾਮਲ ਨੇ। ਦੂਜੇ ਪਾਸੇ ਅੱਜ ਜਿਹੜਾ ਕੋਟਕਪੂਰਾ ਗੋਲੀ ਕਾਂਡ ਹੈ, ਉਸ ਮਾਮਲੇ ਦੇ ਉੱਤੇ ਅਦਾਲਤ ਦੇ ਵਿੱਚ ਜਿਹੜੇ ਪਨਵਰਾਜ ਅਮਰਾਨੰਗਲ ਜਿਹੜੇ ਮੁਅੱਤਲ ਚੱਲ ਰਹੇ ਆਈ ਜੀ ਨੇ ਉਹ ਪੇਸ਼ ਹੋਏ, ਬਾਕੀ ਅਫਸਰ ਵੀ ਪੇਸ਼ ਹੋਏ ਜੀ। ਪਰਮਰਾਜ ਅਮਰਾਨੰਗਲ ਨੇ ਇਹ ਗੱਲ ਲਿਖ ਕੇ ਕੋਰਟ ਨੂੰ ਆਖੀ ਆ ਕਿ ਉਹ ਆਪਣਾ ਨਾਰਕੋ ਟੈਸਟ ਕਰਵਾਉਣ ਦੇ ਵਾਸਤੇ ਤਿਆਰ ਨੇ, ਜਦੋਂ ਕਿ ਸੁਮੇਧ ਸੈਣੀ ਜਿਹੜੇ ਸਾਬਕਾ ਡੀ ਜੀ ਪੀ ਨੇ ਤੇ ਸਾਬਕਾ ਐਸ ਐਸ ਪੀ ਮੋਗਾ ਜਿਹੜੇ ਹੁਣ ਰਿਟਾਇਰ ਹੋ ਗਏ ਨੇ ਸ਼ਰਮਾ, ਉਹਨਾਂ ਦੋਨਾਂ ਨੇ ਜਿਹੜਾ ਦੀ ਅਦਾਲਤ ਨੂੰ ਇਹ ਲਿਖ ਕੇ ਦਿੱਤਾ ਕਿ ਉਹ ਆਪਣਾ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਨਹੀਂ। ਸੁਮੇਧ ਸੈਣੀ ਨੇ ਇਹ ਗੱਲ ਆਖੀ ਹੈ ਕਿ ਉਹਦੇ ਹੈਲਥ ਇਸ਼ੂਜ਼ ਨੇ, ਇਸ ਕਰਕੇ ਨਾਰਕੋ ਟੈਸਟ ਦੇ ਵਾਸਤੇ ਜਿਹੜੀਆਂ ਮੈਡੀਸਨ ਦਿੱਤੀਆਂ ਜਾਂਦੀਆਂ ਨੇ ਉਹ ਲੈਣ ਦੇ ਵਾਸਤੇ ਤਿਆਰ ਨਹੀਂ। ਜਦੋਂ ਕਿ ਜਿਹੜਾ ਸ਼ਰਮਾ ਐਸ ਐਸ ਪੀ ਸਾਬਕਾ ਮੋਗਾ ਹੁਣ ਰਿਟਾਇਰ ਹੋ ਗਿਆ ਹੋਇਆ, ਉਹਨੇ ਇਹ ਕਿਹਾ ਕਿ ਉਹਦੀ ਬਾਈਪਾਸ ਸਰਜਰੀ ਹੋਈ ਹੈ ਅਤੇ ਜਿਹੜੀਆਂ ਮੈਡੀਸਨ ਦਿੱਤੀਆਂ ਜਾਂਦੀਆਂ ਨੇ ਉਹ ਉਹਦੇ ਹਾਰਮ ਉਹਨੂੰ ਕਰ ਸਕਦੀਆਂ ਨੇ, ਇਸ ਕਰਕੇ ਉਹ ਕਰਵਾਉਣ ਦੇ ਵਾਸਤੇ ਤਿਆਰ ਨਹੀਂ। ਜਿਹੜਾ ਜਿਹਦਾ ਨਾਰਕੋ ਟੈਸਟ ਹੋਣਾ ਹੋਵੇ ਉਹਦੇ ਕੋਲ ਚੋਇਸ ਹੁੰਦੀ ਹੈ, ਜੇ ਉਹ ਕਹਿੰਦਾ ਕਿ ਮੈਂ ਨਹੀਂ ਕਰਾਉਣਾ ਤਾਂ ਇਹ, ਕਿਉਂਕਿ ਮੁੜ ਕੇ ਜਦੋਂ ਕੇਸ ਦੇ ਵਿੱਚ ਇਹ ਚੀਜ਼ ਲਿਖੀ ਜਾਂਦੀ ਹੈ ਵੀ ਇਹਨੇ ਨਾਰਕੋ ਟੈਸਟ ਕਰਵਾਉਣ ਤੋਂ ਨਾ ਕੀਤੀ ਹੈ, ਉਮਰਾਨੰਗਲ ਨੇ ਕਿਉਂ ਜਿਹੜੀ ਦੀ ਹਾਂ ਕੀਤੀ ਹੈ, ਜਾਂ ਉਮਰਾਨੰਗਲ ਹੋਰਾਂ ਨੇ ਬਾਹਰ ਅੱਜ ਕੋਰਟ ਦੇ ਬਾਹਰ ਜਿਹੜਾ ਜੀ ਗੱਲ ਕਰਦਿਆਂ ਹੋਇਆ ਪੱਤਰਕਾਰਾਂ ਦੇ ਨਾਲ ਇਹ ਵੀ ਗੱਲ ਕਹੀ ਕਿ ਜੀ ਇੱਕ ਟੈਸਟ ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਵੀ ਹੋਣਾ ਚਾਹੀਦਾ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜੀ ਜਾਂਚ ਕੀਤੀ ਉਹ ਪਾਰਸ਼ਲਿਟੀ ਦੇ ਨਾਲ ਉਹਨਾਂ ਨੇ ਜਾਂਚ ਜਿਹੜੀ ਕੀਤੀ ਅਤੇ ਉਹਨਾਂ ਨੇ ਨਿੱਜੀ ਕਿੜ ਕੱਢਣ ਦੇ ਵਾਸਤੇ ਉਹ ਕਹਿੰਦੇ ਕਿ ਮੇਰੇ ਖਿਲਾਫ ਜਿਹੜੀ ਸੀ ਉਹ ਇੱਕ ਸਾਜਿਸ਼ ਉਹਨਾਂ ਨੇ ਕੀਤੀ, ਕਹਿੰਦੇ ਇੱਕ ਨਾਰਕੋ ਟੈਸਟ ਉਹਨਾਂ ਦਾ ਵੀ ਜਿਹੜਾ ਉਹ ਹੋ ਜਾਣਾ ਚਾਹੀਦਾ। ਹਾਲਾਂਕਿ ਇਹ ਕਨਸੂਆਂ ਜਾਂ ਇਹ ਵੀ ਜਿਹੜਾ ਜੀ ਉਹ ਚੱਲਣਾ ਸ਼ੁਰੂ ਹੋ ਗਿਆ ਕਿ ਕੀ ਨਾਰਕੋ ਟੈਸਟ ਜਿਹੜਾ ਉਹ ਮੰਨ ਕੇ ਕਿਤੇ ਪਨਮਰਾਜ ਉਮਰਾਨੰਗਲ ਗਵਾਹ ਤਾਂ ਨਹੀਂ ਬਣਨਾ ਚਾਹੁੰਦੇ ਪੁਲਿਸ ਦੇ, ਹਾਲਾਂਕਿ ਇਹਦੀ ਕੋਈ ਪੁਸ਼ਟੀ ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੀ ਨਹੀਂ ਜਿਹੜਾ ਜੀ ਹੋਈ, ਪਰ ਇੰਨਾ ਜ਼ਰੂਰ ਹੈ ਹੁਣ ਵੇਖਣਾ ਇਹ ਹੋਊਗਾ ਕਿ ਅਦਾਲਤ ਇਹਦਾ ਕਿਉਂਕਿ ਫੈਸਲਾ ਜਿਹੜਾ ਜੀ ਉਹ ਲਊਗੀ ਇਸ ਮਸਲੇ ਦੇ ਉੱਤੇ ਕਿ ਹੋਊਗਾ ਕੀ ਇਹਨਾਂ ਤਿੰਨਾਂ ਦਾ ਜਿਹੜਾ ਜੀ ਉਹ ਨਾ ਕੀਤੀ ਜਾਂਦੀ ਹੈ ਕਿ ਨਹੀਂ ਲੋੜ ਨਹੀਂ ਤਿੰਨਾਂ ਦਾ, ਇੱਕ ਦੀ ਹਾਂ ਕੀਤੀ ਜਾਂਦੀ ਹੈ। ਜੇ ਅਦਾਲਤ ਕਰ ਵੀ ਸਕਦੀ ਹੈ ਫੈਸਲਾ ਕਿ ਨਹੀਂ ਤਿੰਨਾਂ ਦਾ ਜਿਹੜਾ ਜੀ ਉਹ ਕਰਾਓ, ਜੇ ਇੱਦਾਂ ਕਰਦੇ ਤਾਂ ਫਿਰ ਉਹਨਾਂ ਨੇ ਜਿਹੜਾ ਜੀ ਉਹ ਹਾਈ ਕੋਰਟ ਚਲੇ ਜਾਣਾ, ਮਤਲਬ ਕਿ ਮਾਮਲਾ ਜਿਹੜਾ ਉਹ ਲਮਕਾਉਣ ਦੇ ਇਹ ਭਰਪੂਰ ਯਤਨ ਨੇ, ਇਹ ਵੀ ਉਹਦਾ ਇੱਕ ਪਾਰਟ ਹੋ ਸਕਦਾ, ਦੋ ਜਾਣੇ ਨਾ ਕਰ ਦਿਓ ਇੱਕ ਜਾਣਾ ਹਾਂ ਕਰ ਦਿਓ ਜੀ। ਅੱਛਾ ਪੰਨੂ ਸਾਹਿਬ ਇਹ ਦੱਸਿਓ ਹੁਣ
केंद्र सरकार नूं इह डर लगा होया वी अणगहिली करके करोना दे केसिस दे विच दुबारा तो वाधा हो सकदा, इहदे बारे की वेरवा जी? इह इक तां जी जिहड़े लोक ने उहनां दी जिहड़ी गलतियां जिहड़ियां उहदे करके इह पॉसीबल हो सकता है। केंद्री सेहत मंत्रालय जिहड़ा अज उहने इह गल कही आ कि जिहड़े करोना दे इस वेले कुल मामले आ उहदे विच्चों अद्धे तो ज़्यादा मामले महाराष्ट्र ते केरला दे विच्चों सामने आ रहे हैं, मतलब कि 53% इन्हां राज्यां दे विच्चों आ रहे हैं। 24 घंटियां दे विच्च महाराष्ट्र दे विच 9083 ते केरल दे विच 13772 मामले मिले आ। सब तो ज़्यादा एक्टिव केस भी इन्हां दो सूबियां दे विच्च है। सेहत मंत्रालय जिहड़ा जी उह कहिंदा कि महाराष्ट्र दे विच 3 जुलाई नूं 8700 तो ज़्यादा नवें मामले जिहड़े उह सामने आए, 6 जुलाई नूं घट के 6700 रह गए। हालांकि उस तो बाद वो कहिंदा कि ज़्यादा ये मामले नहीं आए, केरल दे विच 2 जुलाई नूं 12800 दे करीब मामले जिहड़े वो आए, जदों कि 6 जुलाई नूं 8300 दे करीब जिहड़े वो मामले आए। जिहड़ा बुलारा है सेहत विभाग दा सेंट्रल दा, वो ये कहिंदा कि करोना दे 80% नवे मामले 90 जिलों च ने, 66 जिले इस तरह दे आ जिथे 6 जुलाई नूं पॉजिटिविटी रेट जिहड़ा वो 10% तो ज़्यादा जिहड़ा वो सीगा। एक्चुअली जिहड़ा सेहत मंत्रालय उहने ये गल कही आ कि बाज़ारां दे विच मार्केटां दे विच ते खास तौर दे उत्ते जिथे विजिटर प्लेस ने उत्थे लोकां दे विच लापरवाही सिर चढ़ के बोल रही है। आपां एक दिन गल कीती सीगी पहाड़ां दी कि पहाड़ां वल नूं सारे बंदे जिहड़ा जी उह तुर पए होए आ। अज एक अखबार दे विच कार्टून छपिया जिहड़ा कि इस मामले दे उत्ते वड्डा स्टायर करदा कि पहाड़ां दे विच रहिंदे कोई व्यक्ति ने उह अपनी बारी थानी वेख रहे आ, वह कहिंदा सारे तां इत्थे आ गए, आपां शहर वल नूं ना चलीए, हुण शहर खाली होणगे। इह हालात जिहड़े आ ना जी इस तरह दे इह बणे होए आ। मतलब कि इह ठीक है कि लोक अंदर फस गए कैद हो गए, पर इहदी सीरीयसनैस नूं तां जिहड़ा उह देखणा चाहीदा ना कि किस किस्म दी सैकंड वेव है, उहदे विच्चों मुल्क लंघ के अजे हटिया। ਇਹ ਵੀ ਕਿਹਾ ਜਾ ਰਿਹਾ ਕਿ ਤੀਜੀ ਲਹਿਰ ਆਉਣ ਦੇ ਚਾਂਸਸ ਹੋ ਸਕਦੇ ਆ, ਪਰ ਸੈਂਟਰ ਸਰਕਾਰ ਦੇ ਇਹਨਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਸੈਕਿੰਡ ਵੇਵ ਹੀ ਅਜੇ ਖਤਮ ਨਹੀਂ ਹੋਈ, ਬਲਕਿ ਉਹਦਾ ਖਤਰਾ ਅਜੇ ਜਿਉਂ ਦਾ ਤਿਉਂ ਬਣਿਆ ਹੋਇਆ ਜੀ। ਅੱਛਾ ਪੰਨੂ ਸਾਹਿਬ, ਇੱਕ ਨਾ ਹੋਰ ਖਬਰਾਂ ਵੀ ਕਈ ਹਲੇ ਹੋਰ ਕਾਫੀ ਇੰਪੋਰਟੈਂਟ ਨੇ, ਇੱਕ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ। ਦੇਖੋ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅਤੇ ਘੱਟ ਰਹੇ ਵਾਟਰ ਟੇਬਲ ਨੂੰ ਲੈ ਕੇ ਸਮੇਂ ਸਮੇਂ ਸਿਰ ਤੁਸੀਂ ਗੱਲ ਦੱਸਦੇ ਹੁੰਦੇ ਹੋ ਵੀ ਕਿੰਨਾ ਜ਼ਹਿਰੀਲਾ ਪਾਣੀ ਹੋ ਗਿਆ, ਉਹ ਖਬਰਾਂ ਸਾਰੇ ਪਾਸੇ ਘੁੰਮਦੀਆਂ ਨੇ। ਕੱਲ੍ਹ ਮੈਂ ਫੇਸਬੁੱਕ 'ਤੇ ਤੁਹਾਡੀ ਇੱਕ ਪੋਸਟ ਵੇਖੀ ਸੀ ਕਿ ਪੰਜਾਬ ਦੇ ਵਿੱਚ ਇੱਕ ਪਿੰਡ ਇਹੋ ਜਿਹਾ ਜਿੱਥੇ ਕਿ ਜ਼ਮੀਨ ਹੇਠੋਂ ਹੁਣ ਜ਼ਹਿਰੀਲਾ ਪਾਣੀ, ਲਿਟਰਲੀ ਮਤਲਬ ਉਹ ਗੰਦਾ ਗੰਦਲਾ ਪਾਣੀ ਨਹੀਂ, ਉਹ ਜ਼ਹਿਰ ਹੀ ਨਿਕਲਦਾ ਪਿਆ, ਉਹਦੇ ਬਾਰੇ ਦੱਸਿਓ ਮੈਨੂੰ ਸਾਹਿਬ। ਇਹ ਨਾਭੇ ਤੋਂ ਭਵਾਨੀਗੜ੍ਹ ਨੂੰ ਜਾਈਏ, ਆਲੋ ਅਰਖ ਪਿੰਡ ਹੈ ਔਰ ਇਹਦੀ ਜਿਹੜੀ ਉਹਨਾਂ ਨੇ ਬਣਾ ਕੇ ਵੀਡੀਓ ਮੈਨੂੰ ਭੇਜੀ ਸੀਗੀ, ਮੈਂ ਜਿਹੜੀ ਉਹ ਪੇਜ ਦੇ ਉੱਤੇ ਪਾਈ, ਉੱਥੋਂ ਫਿਰ ਚੈਨਲਾਂ ਨੇ ਵੀ ਜਿਹੜੀ ਜੀ ਉਹ ਚੁੱਕ ਲਈ, ਜਿਹੜੇ ਇੱਥੋਂ ਦੇ ਲੋਕਲ ਚੈਨਲ ਨੇ ਪੰਜਾਬੀ ਖਬਰਾਂ ਵਾਲੇ। ਜਦੋਂ ਬਹੁਤ ਜ਼ਿਆਦਾ ਵਾਇਰਲ ਹੋ ਗਈ ਤਾਂ ਫਿਰ ਇਹ ਭੱਜਿਆ ਪ੍ਰਸ਼ਾਸਨ ਜਿਹੜਾ, ਕੱਲ੍ਹ ਉੱਥੇ ਗਏ ਨੇ, ਅੱਜ ਜਿਹੜੀ ਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਵੀ ਗਈ ਹੈ। ਅੱਛਾ, ਤੁਸੀਂ ਦੇਖੋ ਕਿ ਟਾਲਣ ਦਾ ਸਿਲਸਿਲਾ ਇਹ ਆ, ਉਹ ਕਹਿੰਦੇ ਸੀ ਜਿਹੜੀ ਕੈਮੀਕਲ ਵਾਲੀ ਫੈਕਟਰੀ ਸੀ ਇੱਥੇ 2006 ਦੇ ਵਿੱਚ ਬੰਦ ਹੋ ਗਈ ਸੀ, ਉਹਨਾਂ ਨੇ ਕੀ ਕੀਤਾ 300 ਫੁੱਟ ਡੂੰਘਾ ਬੋਰ ਕੱਢ ਕੇ ਹੇਠਾਂ ਸਾਰਾ ਕੁਛ ਸੁੱਟੀ ਗਏ। ਔਰ ਪਹਿਲਾਂ ਕਿਉਂਕਿ ਪਾਣੀ ਉੱਪਰਲੇ ਪੱਤਣਾਂ ਦੇ ਉੱਤੇ ਸੀਗਾ 45-50, ਫਿਰ 70-80-100-150-200 ਤੱਕ ਚਲੇ ਗਿਆ, 250 ਤੱਕ ਨਹੀਂ ਲੱਭਦਾ। ਹੁਣ ਜਦੋਂ ਹੇਠਲੇ ਪੱਤਣ ਦਾ ਪਾਣੀ ਲੈਣ ਲੱਗੇ ਇਸ ਏਰੀਏ ਦੇ ਲੋਕ 300 ਫੁੱਟ ਵਾਲਾ, ਉਹਦੇ ਵਿੱਚੋਂ ਇਹ ਪਾਣੀ ਜ਼ਹਿਰੀਲਾ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਗਿਆ। ਦੂਜਾ ਜਿਹੜਾ ਪੁਆਇੰਟ ਆ ਉਹ ਇਹ ਦੱਸਦੇ ਆ ਕਿ 2 ਕਰੋੜ ਰੁਪਈਆ ਇਹਨੂੰ ਫਾਈਨ NGT ਨੇ ਕੀਤਾ ਸੀਗਾ, ਅੱਜ ਤੱਕ ਉਹ ਫਾਈਨ ਵਸੂਲਿਆ ਨਹੀਂ ਗਿਆ ਔਰ ਉਹ ਅਦਾਲਤਾਂ ਦੇ ਵਿੱਚ ਜਿਹੜਾ ਜੀ ਉਹ ਮਾਮਲਾ ਘੁਮਾਈ ਫਿਰਦੇ ਆ। ਅਦਾਲਤਾਂ ਦੇ ਵਿੱਚ ਸਰਕਾਰੀ ਵਕੀਲ ਹੈਗੇ, ਚਿੱਟੇ ਹਾਥੀ ਬੰਨੇ ਹੋਏ, ਉਹਨਾਂ ਨੂੰ ਪਤਾ ਤਰੀਕ ਕਿਵੇਂ ਲੈਣੀ ਆ, ਉਹ ਤਰੀਕਾਂ ਜਿਹੜੀਆਂ ਉਹ ਲਈ ਜਾਂਦੇ ਆ। ਇਸ ਵੇਲੇ ਪੰਜਾਬ ਜਿਹੜਾ ਜੀ 5 ਆਬ, ਚਲੋ 2.5 ਰਹਿ ਗਏ ਸੀਗੇ ਵੰਡ ਤੋਂ ਬਾਅਦ, ਲੈਂਦੇ ਪੰਜਾਬ ਵੱਲ ਨੂੰ ਜਿਹੜਾ ਜੀ ਉਹ ਕੁਛ ਚਲੇ ਗਏ, ਪਰ ਜਿਹੜਾ ਇਹ ਸਤਲੁਜ ਦਰਿਆ ਹੈ ਜਿਹੜਾ ਉੱਪਰੋਂ ਤਾਂ ਉਹ ਠੀਕ ਆਉਂਦਾ, ਪੰਜਾਬ ਦੇ ਵਿੱਚ ਜਦੋਂ ਉਹ ਐਂਟਰ ਕਰ ਜਾਂਦਾ ਉਹ ਡੈੱਡ ਰਿਵਰ ਆ ਜੀ। ਇਸ ਵੇਲੇ ਮਰਿਆ ਹੋਇਆ ਦਰਿਆ, ਉਹ ਇਸ ਕਰਕੇ ਮਰਿਆ ਹੋਇਆ ਦਰਿਆ ਕਿ ਉਹਦੇ ਵਿੱਚ ਕੋਈ ਜੀਵ ਜੰਤੂ ਨਹੀਂ ਹੈਗਾ, ਜਦੋਂ ਪੰਜਾਬ ਦੇ ਵਿੱਚ ਉਹ ਸਾਰੇ ਮਰ ਗਏ ਹੋਏ ਨੇ, ਇਸ ਕਰਕੇ ਕਿ ਜੋ ਗੰਦ ਉਹਦੇ ਵਿੱਚ ਸੁੱਟਿਆ ਜਾ ਰਿਹਾ, ਬੁੱਢਾ ਨਾਲਾ ਹੋ ਗਿਆ, ਬਾਕੀ ਸੀਵਰੇਜ ਦਾ ਹੋ ਗਿਆ। ਤੁਸੀਂ ਦੇਖੋ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਹੀ ਨਹੀਂ ਲਾਏ ਗਏ,
मैं खुद जेड़े ये इन्हां दे चेयरमैन ने उहदे नाल गल कीती सी दो साल जिहड़ा दी उह पहला उदों यही बुढ़ा नाला दे संबंध विच मैं कल पुछी सी वी जे पानी तुसी ट्रीट कर दिंदे हो प्रोपर की उह पीण योग आ उन्होंने जवाब दिता सी नहीं वह पीण योग नहीं मैं कहा जे पीण योग नहीं तो इहनू तुसी वाटर ट्रीटमेंट के राही भी फिर ट्रीट करके सतलुज किवें सुट रहे हो उन्हूं तां पानी पीता जांदा हरीके पत्तन कट्ठे होण तों बाद जिहड़ियां दो नहरां निकलदियां ने एक राजस्थान नूं जांदी आ एक जिहड़ी नहर आ पंजाब दे कुछ एरिए दे विच वी पानी दिंदी आ जिथे पानी पीता जांदा डंगर वी इह पानी जिहड़ा उह पींदे आ मुक्तसर जिहड़ा साडा धार्मिक स्थान आ जी उत्थे लंगर दे विच इह पानी वरतों दे विच आउंदा जे तुसी किते बुढ़ा नाला जिथे जाके सतलुज पैंदा उस जगह नूं देख लो मूह कज्जे तो बिना तुसी वह जगह नहीं देख सकते डंगर मरे हुए उत्थे जिहड़ा जी वह सुट्टे हुए ने वह पानी जिहड़ा जी वह जांदा असी जिहड़ा सानू कुदरत ने दिता दरियावां दे रूप दे विच वह भी गंदा कर लिया असी धरती दे हेठ वाला भी जिहड़ा जी वह गंदा कर लिया समझ नहीं आउंदी कि पंजाबी जिहड़े उन्हां दा अवेसलापन ये उन्हां नूं कित्थे जिहड़ा जी वह लिजा के सुट्टूगा जी पन्नू साहब ये दस्सो भी जिहड़ा डेटा कानून बनन तक वट्सएप वाले हुण मन गए कहिंदे असी अपनी पॉलिसी नहीं बदलांगे इहदा की वेरवा जी एक्चुअली बड़ा इहनूं लै के इत्थे जिहड़ा जी तुसीं इह कह लो कि रौला रप्पा पैंदा रहा और लोकां दी भज दौड़ जिहड़ी सी उह शुरू हो गई किसी ने यह थोड़ी सोचिया सीगा कुछ साल पहलां आया एक ऐप जिहड़ा उह उहनां दी जिंदगी दा एडा वड्डा पार्ट बन जूगा नवें लफज़ जिहड़े सीगे जी उह आजाद हो गए मैनूं वट्सएप करी जी मैं वट्सएप कॉल करी मैं तैनूं वट्सएप कीता सी वट्सएप भेजा सी वट्सएप ते भेज दी ਇਹ ਸਾਰਾ ਕੁਛ ਨਵੇਂ ਲਫ਼ਜ਼ ਹੈ ਨਾ ਪਿਛਲੇ ਕੁਛ ਸਾਲਾਂ ਦੇ ਦੌਰਾਨ ਜਿਹੜਾ ਦੀ ਆਏ ਔਰ ਇਹਨਾਂ ਨੇ ਦੁਨੀਆ ਨੇੜੇ ਜਿਹੜੀ ਦੀ ਉਹ ਕਰ ਦਿੱਤੀ ਜਿਹਨੂੰ ਮਰਜ਼ੀ ਕਾਲ ਜਿਹੜੀ ਉਹ ਲਾ ਲਓ ਇੱਥੇ ਲੌਂਗ ਡਿਸਟੈਂਸ ਦੇ ਵਾਸਤੇ ਜਿਹੜੇ ਪਹਿਲਾਂ ਰੀਚਾਰਜ ਹੁੰਦੇ ਸੀਗੇ ਉਹ ਸਾਰੇ ਮੁੱਕ ਗਏ ਤੋ ਇਹ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਨੇ ਪ੍ਰਾਈਵੇਸੀ ਪਾਲਿਸੀ ਜਿਹੜੀ ਸੀ ਉਹ ਲਿਆਂਦੀ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਹੜਬੜਾਹਟ ਜਿਹੜੀ ਦੀ ਉਹ ਪੈਦਾ ਹੋ ਗਈ ਵੀ ਕੀ ਸਾਡੇ ਜਿਹੜੇ ਕਾਲ ਨੇ ਉਹ ਹੁਣ ਰਿਕਾਰਡ ਹੋਣਗੇ ਉਹਨਾਂ ਦਾ ਡਾਟਾ ਜਿਹੜਾ ਕਿਤੇ ਵਰਤਿਆ ਜਾਊਗਾ ਆਮ ਬੰਦਾ ਵੀ ਜਿਹੜਾ ਜੀ ਡਰਨ ਲੱਗ ਗਿਆ ਆਮ ਬੰਦੇ ਨੂੰ ਵੈਸੇ ਤਾਂ ਦੇਖਿਆ ਜਾਵੇ ਤਾਂ ਵੀਰੇ ਜੀ ਆਮ ਬੰਦੇ ਨੂੰ ਇਹਦੇ ਵਿੱਚ ਕੀ ਡਰ ਹੈ ਕਿ ਜੇ ਉਹ ਕਾਲ ਕਰ ਰਿਹਾ ਤਾਂ ਉਹਦੀ ਕਾਲ ਰਿਕਾਰਡ ਵੀ ਹੋ ਜੇ ਕਿਸੇ ਜਗ੍ਹਾ ਦੇ ਉੱਤੇ ਜੇ ਉਹ ਕੁਛ ਗਲਤ ਕੰਮ ਨਹੀਂ ਕਰ ਰਿਹਾ ਤਾਂ ਉਹਨੂੰ ਡਰਨ ਦੀ ਲੋੜ ਨਹੀਂ ਹੈ ਜੇ ਉਹ ਕੋਈ ਡਾਟਾ ਜਿਹੜਾ ਉਹ ਇੱਦਾਂ ਦਾ ਟ੍ਰਾਂਸਫਰ ਨਹੀਂ ਕਰ ਰਿਹਾ ਜਿਹੜਾ ਕਿ ਡੇਂਜਰਸ ਹੈ ਉਹਨੂੰ ਵੀ ਡਰਨ ਦੀ ਲੋੜ ਨਹੀਂ ਪਰ ਲੋਕ ਹਰ ਬੰਦਾ ਜਿਹੜਾ ਜੀ ਉਹ ਪ੍ਰਾਈਵੇਸੀ ਪਾਲਦਾ ਉਹ ਕਹਿੰਦਾ ਕਿ ਮੇਰੀ ਪ੍ਰਾਈਵੇਸੀ ਦੇ ਵਿੱਚ ਕਿਸੇ ਦਾ ਦਖਲ ਨਾ ਹੋਵੇ ਔਰ ਜਦੋਂ ਇਹਨਾਂ ਨੇ ਪਾਲਿਸੀ ਲੈ ਕੇ ਆਉਂਦੀ ਉਸ ਪਾਲਿਸੀ ਦੇ ਵਿੱਚ ਜਿਹੜਾ ਜੀ ਇਹ ਸ਼ਾਮਲ ਸੀਗਾ ਕਿ ਇਹ ਜਿਹੜਾ ਡਾਟਾ ਹੈ ਉਹਨੂੰ ਫੇਸਬੁੱਕ ਦੇ ਵਾਸਤੇ ਵੀ ਵਰਤ ਸਕਦੇ ਆ ਉਹਨੂੰ ਉਹ ਸਟੋਰ ਕਰ ਸਕਦੇ ਆ ਜਿੱਥੇ ਚਾਹੁਣਗੇ ਉਹਦੀ ਵਰਤੋਂ ਕਰ ਸਕਦੇ ਆ ਜੀ ਹੁਣ ਬੈਕਫੁੱਟ ਦੇ ਉੱਤੇ ਆ ਗਿਆ ਜੀ ਵਟਸਐਪ ਜਿਹੜਾ ਉਹਨੇ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਗੱਲ ਆਖੀ ਆ ਕਿ ਉਹ ਆਪਣੀ ਪ੍ਰਾਈਵੇਸੀ ਜਿਹੜੀ ਪਾਲਿਸੀ ਆ ਉਹਨੂੰ ਫਿਲਹਾਲ ਰੋਕ ਰਿਹਾ ਉਹਨੇ ਇਹ ਕਿਹਾ ਕਿ ਜਦੋਂ ਤੱਕ ਡਾਟਾ ਪ੍ਰੋਟੈਕਸ਼ਨ ਬਿੱਲ ਕਾਨੂੰਨ ਨਹੀਂ ਬਣ ਜਾਂਦਾ ਉਦੋਂ ਤੱਕ ਅਸੀਂ ਯੂਜ਼ਰਸ ਨੂੰ ਆਪਣੀ ਪ੍ਰਾਈਵੇਸੀ ਪਾਲਿਸੀ ਜਿਹੜੀ ਆ ਉਹ ਧੱਕੇ ਦੇ ਨਾਲ ਅਪਣਾਉਣ ਦੇ ਵਾਸਤੇ ਮਜਬੂਰ ਨਹੀਂ ਕਰਾਂਗੇ ਜੀ ਜਿਹੜੀ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਦੀ ਜਾਂਚ ਦੇ ਖਿਲਾਫ਼ ਅਪੀਲ ਉਹਨੇ ਵਟਸਐਪ ਨੇ ਜਿਹੜੀ ਉਹ ਕੀਤੀ ਆ ਸੀ ਸੀ ਆਈ ਨੇ ਪਿਛਲੇ ਮਹੀਨੇ ਵਟਸਐਪ ਅਤੇ ਫੇਸਬੁੱਕ ਨੂੰ ਨੋਟਿਸ ਜਾਰੀ ਕੀਤਾ ਸੀਗਾ ਕਿ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਜਿਹੜੀ ਹੈ ਜੀ ਉਹ ਜਾਣਕਾਰੀ ਮੰਗੀ ਸੀਗੀ ਹੁਣ ਜਿਹੜਾ ਇਹ ਵਟਸਐਪ ਦਾ ਪਿੱਛੇ ਹਟਣਾ ਇਹਦਾ ਇੱਕ ਪ੍ਰਮੁੱਖ ਕਾਰਨ ਜਿਹੜਾ ਵਿਜੇ ਜੀ ਇਹ ਵੀ ਆ ਕਿ ਲੋਕਾਂ ਦਾ ਝੁਕਾਓ ਜਿਹੜਾ ਦੂਜੇ ਐਪ ਨੇ ਉਹਨਾਂ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਹੋਇਆ ਜੀ ਇਹਦੇ ਵਿੱਚ ਜਿਹੜੇ ਲੋਕਾਂ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਈਵਨ ਕੁਛ ਇਸ ਤਰ੍ਹਾਂ ਦੇ ਐਪ ਨੇ ਜਿਹੜੇ ਇੱਥੋਂ ਤੱਕ ਪ੍ਰੋਟੈਕਸ਼ਨ ਦੇਣ ਜਿਹੜਾ ਜੀ ਉਹ ਲੱਗ ਗਏ ਕਿ ਉਹ ਤਿੰਨ ਜਾਂ ਚਾਰ ਕੁਛ ਸਾਈਨ ਦਿੰਦੇ ਨੇ ਜਦੋਂ ਤੁਸੀਂ ਅਗਲੀ ਦੂਸਰੀ ਕਾਲ ਦੇ ਉੱਤੇ ਮਿਲ ਜਾਂਦੇ ਹੋ ਤੇ ਉਹ ਕਹਿੰਦੇ ਉਹਨੂੰ ਪੁੱਛ ਲਓ ਵੀ ਤੈਨੂੰ ਵੀ ਸੇਮ ਸਾਈਨ ਦਿਖ ਰਿਹਾ ਇਹ ਦਿਸ ਰਹੇ ਆ ਤੇ ਤੇਰੀ ਕਾਲ ਜਿਹੜੀ ਆ ਉਹ 100% ਪ੍ਰੋਟੈਕਟਡ ਆ ਉਹਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂਗਾ ਜਿਹੜੇ ਔਰ ਇਹਨਾਂ ਨੇ ਇਹ ਵੀ ਜਿਹੜਾ ਜੀ ਉਹ ਕਰ ਦਿੱਤਾ ਕਿ ਇੱਕ ਟਾਈਮ ਤੁਸੀਂ 10-10 ਜਾਣੇ ਜਿਹੜੇ ਆ ਜੀ ਉਹ ਇਕੱਠੇ ਗੱਲ ਕਰ ਸਕਦੇ ਹੋ ਇੱਕੋ ਕਾਲ ਦੇ ਉੱਤੇ ਔਰ ਜਿਹੜੇ ਗਰੁੱਪ ਸਿਸਟਮ ਹੈ ਉਹਦੇ ਵਿੱਚ 2-2 ਲੱਖ ਤੱਕ ਮੈਂਬਰ ਜਿਹੜੇ ਉਹ ਬਣਾਏ ਜਾ ਸਕਦੇ ਆ ਜਦੋਂ ਇਹਨਾਂ ਐਪ ਨੇ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਜਾਂ ਜਿਹੜੀਆਂ ਨਵੀਆਂ ਚੀਜ਼ਾਂ ਸੀਗੀਆਂ ਉਹ ਇੰਟਰੋਡਿਊਸ ਕੀਤੀਆਂ ਲੋਕ ਉੱਧਰ ਨੂੰ ਗਏ ਇਹ ਜਿਹੜਾ ਜੀ ਵਟਸਐਪ ਮੰਨੇ ਜਾਂ ਨਾ ਮੰਨੇ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਉਹਦਾ ਇਹ ਸੀਗਾ ਕਿ
कि लोग बड़ी तेजी दे नाल उहदे तों हट के दूजे ऐप वल जाण लग गए। तो उन्होंने मैनू यह लगता है कि एक्सक्यूज़ बनाया कितें ना कितें यह दसण दे वास्ते भी नहीं नहीं असी यह पॉलिसी हुण लागू नहीं करांगे क्योंकि उहदे नालों लोग तेजी दे नाल टुट रहे हैं जी। अच्छा पन्नू साहब ये दस्यो भी जो भाजपा आगू हरजीत गरेवाल का किसानों संबंधी विवादित बयान एक होर आ गया, यह सिलसिला रुकता नहीं पिया। मैं खैर उन्होंने यह है कि जे इस तरह वह भाजपा दी गुड बुक्स के रहनगे तो पता नहीं उन्होंने की कुछ बेहतर पार्टी वालों ऑफर हो जाएगा, पर यह सारे सिलसिले के उन्होंने बयानबाजी के मुश्किल ज़्यादा खड़िया हो सकदियां ने। ये गल थोड़ी बिल्कुल ठीक है जी। ए और जी तुसी गल कही है कि वह पता नहीं की लै डिगणगे, यही रीज़न है जां यह आ कि वह फ्रस्ट्रेशन जी उन्हां दी निकल रही है, जां यह आ कि कभी पहला लोगों ने सुनिया ही नहीं सी, सियाणे ही इन्ने एक ने जी, मतलब कि हुण ही सामने आए ना कैमरियां दे मूहरे जदों दे बोलण लगे। हुण एक बहुत वड्डा विवादित बयान उन्होंने देता, हरजीत गरेवाल की जबान का रस अक्सर चौंदियां तुसीं वख-वख थावां दे उत्ते जिहड़ा जी वह देख सकते हो, कुछ ना कुछ बोली जांदे आ और इन्ना नीवे पद्धर ते जाके बोल दिंदे आ जिदे बारे आम बंदा कदी सोच भी नहीं सकदा। वह तो फिर आगू ने कहिंदे राजपुरे तो चोण लड़नी है, मैनू रोक ले जिन्हें रोकना, मैं की बीजना, मैं की करना, ये किसान कौन हुंदे ने दसन वाले, इदां दीआं गल्लां तां वह करी जांदे सीगे। हुण उन्होंने ये गल कह दिती कि जिहड़े किसान अंदोलन की आड़ दे विच झूठे किसानां ने असली किसानां दा वड्डा नुकसान किया। हुण झूठे किहड़े ने असली किहड़े ने, गरेवाल खुद नूं मेरा ख्याल असली किसान दसदे आ, जिहड़े एजीटेशन कर रहे उन्हां नूं झूठे दस रहे आ। ये भी कहता कि ये किसानां दे नां ते काला धब्बा ने, यह भी कहा कि जिवें पंजाब पुलिस दे वल्लों अतवाद दा इलाज होया सीगा, ये भी उस तरह का इलाज चाहते आ जिहड़ा कि सिर्फ पंजाब पुलिस कर सकती है। यह गल हरजीत गरेवाल हुरी अपनी जिहड़ा जी वह गलबात दे विच कह रहे आ। यह भी कहा कि किसान अंदोलन दे विच गुंडे वड़ चुके आ ते पंजाब पुलिस नूं अतवाद दे इलाज दे वांग इन्हां दा इलाज जिहड़ा वह करना चाहिए, और क्योंकि जिहड़ी उन्हां दी फसल वाही आ उहदे करके जिहड़ा जी वह कह रहे सीगे कि यह गुंडियां ने यह काम जिहड़ा वह कीता। उन्हां दा जिहड़ा जद्दी पिंड वह धनौला जिथे उन्हां दी थोड़ी जमीन हैगी आ और ठेके ते दित्ती होई आ, वह झोना जिहड़ा जी पिछले दिनों दे विच किसानां ने नष्ट कर दिता सीगा वह वाह दिता सीगा। हुण सवाल वड्डा यह आ कि हरजीत गरेवाल हुरी अजिहा बयान दे के साबित की करना चाहते आ कि वह ये कहना चाहते आ कि पंजाब पुलिस जिहड़ी आ वह इत्थे जिहड़ा मुकाबले शुरू करे, पुलिस मुकाबले जिहड़े जी इन्हां किसानां दे फड़ फड़ के करे, इस नीवे पद्धर दा इन्ने नीवे जाके जिहड़ा जी कोई सियासी आगू बोल सकदा, यह हरजीत गरेवाल हुरी नवाणा दीआं सिखरां जिहड़ियां ना वह छो रहे आ। देखो आफ्टर आल जे वह अंदोलन कर रहे आ वह कोई गैर कानूनी काम थोड़ी कर रहे, संविधान उन्हां नूं इस चीज़ की इजाजत दिंदा कि वह किसी चीज़ का विरोध जिहड़ा वह कर सकण, उस ही संविधान के तहत वह कर रहे आ। वह संविधान नूं तां माड़ा चंगा नहीं बोल रहे, उन्हां दी कीड़ी इदां दी कार्रवाई है जिहदे ते यह उन्हां नूं अतवादी असिधे तरीके दे नाल ते उन्हां दे पुलिस दे राही अतवाद कंट्रोल करने वाले जिहड़े आ जी वह बयान इन्हां ने देने शुरू कर दिते। अंदोलन एक दिन तां खत्म होना ना, उहदा फैसला हो जाणा जी। हरजीत सिंह गरेवाल होरां ने, सुरजीत जियाणी होरां ने पंजाब दे विच ही रहना, सियाणे कहिंदे आ कि जिहड़े बोलां दे फट मिटदे ना, फट मिट जांदे तलवारां दे, इह चीज़ां याद रहिणगियां, वीडियो के रूप के याद रहनगियां। यही लोग देखना तुसी किसी समय माफिया मंगणगे कि साढ़े तो गलती होगी असी इस तरह के बयान क्यों दिते। अच्छा पन्नू साहब एक दस्यो, जिहड़ा राम मंदिर का जमीन घोटाला होया उहदे विच हुण चंपत राय नूं लांभे किया जाना, तो इहदे विच इह मतलब होया कि सिर्फ एको व्यक्ति के सिर के उपर सारा गुणियां भन दिता जाना। नहीं, दो जाने तकरीबन जिहड़ा जी इहदे चों पासे किए जाणगे। एक तां इह गल कि जिहड़ी आर एस एस संघ परिवार वह पहला मानता ही नहीं सीगा कि इदां दा कोई घपला होया, इट मीनस के हुण जिहड़ा वह मन रहा। चित्रकूट दे विच चल रही जिहड़ी एक बैठक आ इत्थे आर एस एस दी, उहदे विच जिहड़ा राम जन्म भूमि ट्रस्ट आ उहदे सकत्तर जनरल जिहड़े ने चंपत राय ਨੂੰ ਇੱਥੇ ਇਹਦੇ ਤਲਬ ਕੀਤਾ ਗਿਆ। ਇਹ ਕਿਹਾ ਜਾ ਰਿਹਾ ਕਿ ਉਹਨੂੰ ਟਰੱਸਟ ਦੇ ਕੰਮ ਕਾਜ ਤੋਂ ਲਾਂਭੇ ਕੀਤਾ ਜਾ ਰਿਹਾ। ਚੰਪਤ ਰਾਏ ਦੇ ਕੋਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ
केंद्री जिहड़ा मीत प्रधान दा अहुदा भी आ, इस करके ट्रस्ट नूं उह सहयोग दिंदा रहेगा। ट्रस्ट के दूजे मैंबर डॉक्टर अनिल मिश्रा नूं भी जिहड़ा किसी संगठन दे विच जिम्मेदारी दे के उहनूं भी ट्रस्ट के काम तो लांभे किया जा रहा जी। फिलहाल ट्रस्ट ने नवी जमीन खरीदण दे उत्ते रोक जिहड़ी उह ला दित्ती है। विजैसी खेत्र दे विच जमीन खरीद के दौरान 2 करोड़ की जिहड़ी जमीन 18 करोड़ 18.5 करोड़ रुपये दे विच सौदे के घपले नूं लै के दोष लगे सीगे। उहदे कोले कोल डिपू हैगा, उस जगह दे कई हैक्टेयर जमीन का सौदा तय होया सीगा, उहदी रजिस्ट्री होनी सी, उहनूं हाल की घड़ी रोक दिता गया। जमीन घोटाले के दोषां दे विच बेशक जिहड़ा संघ है वह ट्रस्ट के जिहड़े अधिकारी ने उहनां नूं बचाउंदा नज़र आया, पर हुण उह सख्त एक्शन लैण दे वास्ते तैयार है। शायद किते ना किते इह आ कि लोगों के गलत मैसेज जिहड़ा दी उह चले गया। यह गल वड्डे पद्धर दे उत्ते उठनी शुरू हो गई कि 4,000 करोड़ रुपया इस ट्रस्ट के कोले पिया, कि वह सुरक्षित है? जदों ये लोग अपना जिहड़ा दी उह निजी फायदा करन दे वास्ते जमीना लै लै के सस्तियां ट्रस्ट नूं महंगियां वेच रहे आ। और जदों यह घोटाला सामने आया सीगा, समाजवादी पार्टी दे एक नेता ने जिहड़े तेज नारायण पांडे पवन, उन्हें यह मामला उठाया सी। उस तो बाद आम आदमी पार्टी के राज्यसभा के मैंबर संजय सिंह ने यह सारे पेपर जिहड़े जी वह मीडिया के सामने लियांदे सी। उदों संघ परिवार ते ट्रस्ट जिहड़ा यह गल कहिंदा सीगा कि असीं इन्हां दोनों नूं माणहानि का मुकदमा इन्हां दे उत्ते करांगे। अज तक तो वह कोई मुकदमा या नोटिस नहीं आया। जे हुण यह सोचा जा रहा कि इन्हां दो बंदियां नूं लांभे किया जाए, एक तो क्लीयर हो गया ना कि वह मन गए कि इन्हां ने उत्थे हेराफेरी दे नाल वह महंगी जमीन वेची है जी। अच्छा पन्नू साहब, एक ब्रीफली ये दस्यो भी हाई कोर्ट ने कहा जहरीली शराब नाल लोगों की जान लैण वाले लोगों उपर कहिंदे बिल्कुल भी रहम नहीं किया जाना चाहिए, रहम के हकदार नहीं ने। बिल्कुल जी, रहम जे उन्हां दे उत्ते कर रहे तो पॉलिटिशियन ही कर रहे हैं ना, क्योंकि कहण नूं तां मुख्यमंत्री होरां ने ऐलान किया सीगा कि 302 दा मुकदमा करांगे कतल दा, वो मुकदमा तां दर्ज होया नहीं किसी दे उत्ते। जिहड़ी जांच 126 लोग जदों मर गए सीगे वो जांच अज कित्थे आ, किसी नूं पता कोई कुख नहीं जिहड़ा दी उहदा होया। इस मामले दे विच जिहड़ा एक व्यक्ति 22 अगस्त 2020 नूं जिहड़ी दर्ज होई FIR दे विच नाम उहदा शामिल सीगा, उहने एक्चुअली जमानत दी अर्जी पंजाब हरियाणा हाई कोर्ट दे विच लाई होई सी। उहदे उत्ते टिप्पणी करदिआं होइआं अदालत ने इह गल कही कि इस तरह दे लोक जिन्हां ने समाज नूं अनाथ कर दित्ता, और जे वह कहिंदे कि इहनूं जमानत देती तो जिहड़ा सोसाइटी आ वह विधवावां दे नाल भर जूगी, इन्नियां तिखियां टिप्पणियां जिहड़ियां दी वह कीतियां। और यह कहा कि इहनूं बिल्कुल जमानत जिहड़ी आ वह नहीं दित्ती जिहड़ी वह जाऊगी। उहदी जमानत अर्जी खारिज करदिआं होइआ इह अविनाश आ व्यक्ति जिहड़ी जमानत की अर्जी खारिज की गई है। यह बेहद गंभीर टिप्पणियां अज पंजाब हरियाणा हाई कोर्ट ने कीतियां ने जी। ते पन्नू साहब अज नवां की है जी, ये वादा केंद्र सरकार दा जदों होया दबी रह गई असल सी गल मियां, वादा केंद्र सरकार दा जदों होया दबी रह गई असल सी गल मियां, जोड़ी गई है टीम कुछ नवी लगती दिते बाहर नू गए कई घल मियां, कुछ ना विच जे रता कु जुरत होई होई इन्नी गुस्ताखी ना झल मियां, वाज पई दे जिन्ने सन भगत बाले दिते कढ कुछ फेर बई कल मियां, बदल दे युग नू समझ ना सके सीगे पिछली रहे सी पूज तस्वीर मियां, बदल दे युग नू समझ ना सके सीगे पिछली रहे सी पूज तस्वीर मियां, एयो भुल सी जड़ां दे विच बैठी साथ छड गई जदों तकदीर मियां जी। बहुत बहुत धन्यवाद पन्नू साहब, अगले हफ्ते फिर गल करदे हां जी, हैव अ नाइस वीकेंड। मेहरबानी जी, धन्यवाद जी, सेम टू यू, थैंक यू जी।